दखालस टीवी की खास खबर दे विच सब दा स्वागत है। मैं हरशरण कौर। पंजाब दे विच करोना वायरस की महामारी का दौर है जिहड़ा वो लगातार अगे ही वधदा जा रहा है। पंजाब दे विच बुधवार नूं यानी कि 9 सितंबर नूं एक दिन दे विच 71 मौतां होईयां, तां पंजाब उस तों बाद भारत दे विच सब तों वध मौत दर वाला सूबा बन गया। यानी कि COVID-19 की महामारी के कारण पंजाब दे विच सब तों वध मौतां दर्ज कीतियां गईयां ने। भारत दे विच्चों हर सूबे तों सब तों वध पंजाब दे विच मौतां ने। 71 मौतां एक दिन दे विच होण तों बाद हुण पंजाब सब तों वध प्रभावित सूबे महाराष्ट्र नूं छड्ड के पहले नंबर ते आ गया। पहला महाराष्ट्र पहले नंबर ते सी, हुण पंजाब पहले नंबर ते आ गया मौत दर दे विच। महाराष्ट्र दे विच 2.90% है मौतां दी गिणती, यानी कि 100% जिहड़े COVID-19 दे मरीज़ ने उन्हां दे विच्चों 2.90% मौतां हो रहियां ने। मौत दर हुण पंजाब दे विच हो गई है 2.95%, महाराष्ट्र तों वध गई है। सो महामारी दे दौर दे विच पंजाब सरकार दे वल्लों भी लगातार जिहड़ियां हदायतां ने, दिशा निर्देश ने, उह जारी कीते जा रहे ने। हालांकि लोकां दा इह गिला है कि पंजाब सरकार ने भी उन्हां नूं कुछ नहीं दिता, भारत सरकार ने तां कुछ दिता ही नहीं। सिर्फ तो सिर्फ 20 लाख करोड़ का एक शगूफा सुट्टिया है, वह वंडिया है जिहड़ा कि खाली है, लोगों के हाथ विच कुछ नहीं आ रहा, सिर्फ तो सिर्फ सुनने मिल रहा है, कन्नां नूं सुनने मिलिया बहुत कि इन्ना वड्डा जिहड़ा राहत पैकेज वंडिया गया, पर पंजाब की सरकार के वल्लों भी कुछ नहीं दिता गया। पर जे आपां दिशा निर्देशों की गल कर लईए तां कुछ राहतों की गल कर लईए तां एक राहत पंजाब सरकार के वल्लों कई महीनों बाद हुण दित्ती गई है कि सूबे दे सरकारी 600 सेंटरां दे विच सरकारी हस्पताल जिन्हां दे विच शामिल ने, जां फिर जिथे COVID-19 दे टैसट हुंदे ने उत्थे टैसट मुफ्त हो रहे ने लोकां दे। पंजाब दे हर जिले दे सरकारी हस्पतालां दे विच कुल 600 इहो जिहे केंद्र ने। सो अज असीं तुहानूं दस्सांगे कि पंजाब दे विच COVID-19 दे टैसट ने जिहड़े उहनां दे किन्ने रुपए सरकार ने निर्धारित कीते ने, कि कोई भी निजी हस्पताल तुहाडे तों वध पैसे ਤਾਂ ਨਹੀਂ ਵਸੂਲ ਰਿਹਾ। ਇਸ ਕਰਕੇ ਅਸੀਂ ਤੁਹਾਨੂੰ ਪਹਿਲਾਂ ਦੱਸਾਂਗੇ ਕਿ ਪੰਜਾਬ ਸਰਕਾਰ ਨੇ ਇੱਕ ਤਾਂ ਹੁਣੇ ਜੇ ਫੈਸਲਾ ਕੀਤਾ ਹੈ ਕਿ ਲਾਇਸੈਂਸ ਸ਼ੁਦਾ ਜਿਹੜੇ ਨਿੱਜੀ ਹਸਪਤਾਲ ਨੇ, ਕਲੀਨਿਕ ਨੇ ਨਿੱਜੀ ਅਤੇ ਨਿੱਜੀ ਲੈਬਾਂ ਨੇ, ਉਹਨਾਂ ਨੂੰ ਕੋਵਿਡ ਦੇ ਰੈਪਿਡ ਐਂਟੀਜਨ ਟੈਸਟ ਕਰਨ ਦੀ ਮਨਜ਼ੂਰੀ ਹੈ ਜਿਹੜੀ ਉਹ ਦਿੱਤੀ ਗਈ ਹੈ। ਯਾਨੀ ਕਿ ਤੁਰੰਤ ਜਿਨ੍ਹਾਂ ਦੇ ਨਤੀਜੇ ਆਉਂਦੇ ਨੇ, RAT ਟੈਸਟ ਉਹਨਾਂ ਨੂੰ ਕਿਹਾ ਜਾਂਦਾ, ਉਹ ਮਨਜ਼ੂਰੀ ਦੇ ਦਿੱਤੀ ਗਈ ਹੈ। ਪਰ ਜਿਹੜੇ ਲਾਇਸੈਂਸ ਸ਼ੁਦਾ ਹੈਗੇ ਨੇ, ਜਿਨ੍ਹਾਂ ਦੀ ਸੂਚੀ ਹੈ ਪੰਜਾਬ ਸਰਕਾਰ ਦੇ ਕੋਲ, ਉਹਨਾਂ ਨੂੰ ਹੀ ਇਹ ਅਧਿਕਾਰ ਨੇ ਜਿਹੜੇ ਉਹ ਦਿੱਤੇ ਗਏ ਨੇ। ਅਤੇ ਇਹ ਵੀ ਖਾਸ ਹਦਾਇਤ ਕੀਤੀ ਗਈ ਹੈ ਕਿ ਨਿੱਜੀ ਲੈਬਾਂ ਜਿਹੜੀਆਂ ਹੈਗੀਆਂ ਨੇ ਉਹ ਮਰੀਜ਼ ਦੇ ਵੇਰਵੇ ਗੁਪਤ ਰੱਖਣਗੀਆਂ, ਉਸਨੂੰ ਜਨਤਕ ਨਹੀਂ ਕਰਨਗੀਆਂ ਕਿ ਕਿਹਨੇ ਟੈਸਟ ਕਰਾਇਆ ਹੈ, ਕਿਹਨੇ ਨਹੀਂ ਕਰਾਇਆ, ਜਨਤਾ ਦੇ ਵਿੱਚ ਨਹੀਂ ਜਾਏਗਾ, ਪੰਜਾਬ ਸਰਕਾਰ ਕੋਲ ਤਾਂ ਸਾਰਾ ਰਿਕਾਰਡ ਹੋਏਗਾ। ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਵੱਲੋਂ ਜਿਹੜੀਆਂ ਇਹ RAT ਕਿੱਟਾਂ ਹੈਗੀਆਂ ਨੇ, ਟੈਸਟ ਕਿੱਟਾਂ, ਉਹ ਮੁਫਤ ਦਿੱਤੀਆਂ ਜਾਣਗੀਆਂ, ਅਤੇ ਜਿਹੜੇ ਇਹ ਪ੍ਰਾਈਵੇਟ ਹਸਪਤਾਲ ਨੇ, ਕਲੀਨਿਕ ਨੇ ਜਾਂ ਫਿਰ ਲੈਬਸ ਨੇ, ਉਹ ਤੁਹਾਡੇ ਤੋਂ ਸਿਰਫ ਅਤੇ ਸਿਰਫ 250 ਰੁਪਏ ਲੈ ਸਕਦੀਆਂ ਨੇ, ਉਸ ਤੋਂ ਵੱਧ 1 ਵੀ ਰੁਪਿਆ ਤੁਹਾਡੇ ਤੋਂ ਵਸੂਲ ਨਹੀਂ ਸਕਦੀਆਂ। ਇਹਦੇ ਵਿੱਚ GST ਜਾਂ ਹੋਰ ਜਿੰਨੇ ਵੀ ਟੈਕਸ ਹੁੰਦੇ ਨੇ ਉਹ 250 ਦੇ ਵਿੱਚ ਹੀ ਸ਼ਾਮਿਲ ਨੇ। ਸੋ ਜੇ ਕੋਈ ਵੀ ਪ੍ਰਾਈਵੇਟ ਨਿੱਜੀ ਹਸਪਤਾਲ ਤੁਹਾਡੇ ਤੋਂ ਤੁਰੰਤ ਟੈਸਟਿੰਗ ਦੇ ਪੈਸੇ ਨੇ ਜਿਹੜੇ ਉਹ 250 ਤੋਂ ਵੱਧ ਮੰਗਦਾ ਹੈ, ਤਾਂ ਤੁਸੀਂ ਉਸਨੂੰ ਸਿੱਧਾ ਕਹਿ ਸਕਦੇ ਹੋ ਕਿ ਅਸੀਂ ਸਿਹਤ ਵਿਭਾਗ ਨੂੰ ਤੁਹਾਡੀ ਸ਼ਿਕਾਇਤ ਕਰਾਂਗੇ, ਜਾਂ ਫਿਰ ਤੁਹਾਡੇ ਜਿਹੜੇ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਤੁਸੀਂ ਉਹਦੀ ਸ਼ਿਕਾਇਤ ਕਰਨ ਲਈ ਕਹਿ ਸਕਦੇ ਹੋ। ਅਤੇ ਜੇ ਕਿਸੇ ਵੀ ਪ੍ਰਾਈਵੇਟ ਲੈਬ ਦੇ ਕੋਲ, ਪ੍ਰਾਈਵੇਟ ਹਸਪਤਾਲ ਜਾਂ ਫਿਰ ਪ੍ਰਾਈਵੇਟ ਕਲੀਨਿਕ ਦੇ ਕੋਲ ਜਿਹੜਾ ਹੈਗਾ ਇਹ ਰੈਪਿਡ ਐਂਟੀਜਨ ਟੈਸਟ ਦੀ ਆਪਣੀ ਕਿੱਟ ਹੋਵੇ, ਯਾਨੀ ਕਿ ਉਹਨਾਂ ਨੇ ਆਪਣੀਆਂ ਨਿੱਜੀ ਤੌਰ 'ਤੇ ਮੰਗਵਾਈਆਂ ਹੋਣ, ਪੰਜਾਬ ਦੇ ਸਿਹਤ ਵਿਭਾਗ ਵੱਲੋਂ ਮੁਫਤ ਨਾ ਦਿੱਤੀਆਂ ਗਈਆਂ ਹੋਣ, ਤਾਂ ਵੀ ਉਹ 700 ਰੁਪਏ ਤੋਂ ਵੱਧ ਨਹੀਂ ਲੈ ਸਕਦੇ, ਉਹ 700 ਰੁਪਏ ਲੈ ਸਕਦੇ ਨੇ। ਪੰਜਾਬ ਸਿਹਤ ਵਿਭਾਗ ਨੇ ਜਿਹੜੀਆਂ ਕਿੱਟਾਂ ਦਿੱਤੀਆਂ ਨੇ ਉਹਨਾਂ ਦੇ ਉਹ 250 ਹੀ ਲੈ ਸਕਦੇ ਨੇ। ਪਰ ਇਹ ਕਿਵੇਂ ਪਤਾ ਲੱਗੂਗਾ ਕਿ ਸਿਹਤ ਵਿਭਾਗ ਤੋਂ ਇਹਨਾਂ ਨੇ ਮੁਫਤ ਲਈਆਂ ਨੇ ਕਿੱਟਾਂ ਜਾਂ ਇਹ ਆਪਣੀਆਂ ਵਰਤ ਰਹੇ ਨੇ? ਸੋ ਇਹ ਥੋੜ੍ਹੀ ਜਿਹੀ ਸਮੱਸਿਆ ਜ਼ਰੂਰ ਹੈਗੀ ਹੈ। ਉਸ ਤੋਂ ਬਾਅਦ ਜਿਹੜੇ ਰੇਟ ਫਿਕਸ ਕੀਤੇ ਗਏ ਨੇ ਉਹ ਤੁਹਾਨੂੰ ਦੱਸ ਦਈਏ ਕਿ ਪ੍ਰਾਈਵੇਟ ਲੈਬ ਦੇ ਵਿੱਚ ਜੇ ਤੁਸੀਂ RT-PCR ਟੈਸਟ ਜਿਹਦੀ ਰਿਪੋਰਟ 24 ਘੰਟਿਆਂ ਬਾਅਦ ਆਉਂਦੀ ਹੈ ਜਾਂ 48 ਘੰਟਿਆਂ ਬਾਅਦ ਆਉਂਦੀ ਹੈ, ਉਹਦਾ ਟੈਸਟ ਜਦੋਂ ਤੁਹਾਡਾ ਜਿਹੜਾ ਸੈਂਪਲ ਲਿਆ ਜਾਂਦਾ, ਉਹ ਸੈਂਪਲ ਹੈ ਜਿਹੜਾ ਫਿਰ ਅਧਿਕਾਰਿਤ ਲੈਬਸ ਦੇ ਵਿੱਚ ਭੇਜਿਆ ਜਾਂਦਾ, ਬੋਂਬੇ ਭੇਜਦੀਆਂ ਨੇ ਕਈ ਲੈਬੋਰਟਰੀਆਂ, ਕਈ ਚੰਡੀਗੜ੍ਹ ਦੀ ਜਿਹੜੀ PGI ਦੀ ਲੈਬ ਦੇ ਵਿੱਚ ਭੇਜਦੇ ਨੇ, ਕਿ ਜਿੱਥੇ ਵੀ ਉਹਨਾਂ ਦਾ ਸੰਪਰਕ ਹੁੰਦਾ ਉਹ ਭੇਜਦੇ ਨੇ, ਤਾਂ ਉਸ ਤੋਂ ਬਾਅਦ ਉਹਦੇ ਟੈਸਟ ਦੀ ਰਿਪੋਰਟ ਆਉਣ ਦੇ ਵਿੱਚ ਸਮਾਂ ਲੱਗ ਜਾਂਦਾ, ਉਹਨੂੰ ਕਹਿੰਦੇ ਨੇ RT-PCR ਟੈਸਟ। ਜੇ ਤੁਸੀਂ ਉਹ ਕਰਾਉਂਦੇ ਹੋ ਪ੍ਰਾਈਵੇਟ ਲੈਬ ਦੇ ਵਿੱਚ, ਤਾਂ
2400 रुपए तो वध उसकी फीस वो नहीं लै सकते। पंजाब सरकार ने रेट निर्धारित कर दिता है। तो आर ए टी दे लई पहला 1000 सी हुण 700 कर दिता। पंजाब सरकार ने इन्हों दे विच ही 2400 दे विच ही जी एस टी शामिल होएगा ते होर सारे टैक्स ते 700 दे विच ही सारे जी एस टी ते होर टैक्स शामिल होणगे। यानी कि इदू वध तुसी एक भी रुपया नहीं देना। तुसी उत्थे दावे दे नाल कह सकते हो ते पंजाब सरकार दा हवाला दे सकते हो कि सरकार ने साडे लई इन्ने रेट निर्धारित कीते ने ते तुसी उन्हां दी शिकायत भी कर सकते हो। यह सानू तां दसना पै रहा है क्योंकि पिछे जे अपना मेरा खुद का एक्सपीरियंस है कि एक मोहाली दे विच प्राइवेट हस्पताल है, निजी हस्पताल है, उत्थे साडे रिश्तेदार जांदे ने आर टी पी सी आर का टैसट कराउण जिहदी फीस 2400 रुपए निर्धारित की गई है। ते ਉਹਦੇ ਵਿੱਚ ਪਹਿਲਾਂ ਡਾਕਟਰ ਤੁਹਾਨੂੰ ਪਰਚੀ ਲਿਖ ਕੇ ਦਿੰਦਾ। ਉਹਨਾਂ ਨੇ ਕਿਹਾ ਕਿ ਡਾਕਟਰ ਤੋਂ ਪਰਚੀ ਲਿਖਵਾਓ। ਅਤੇ ਇੱਥੇ ਤੁਹਾਨੂੰ ਹੋਰ ਵੀ ਐਡ ਕਰ ਦਈਏ ਕਿ ਇਹ ਪੰਜਾਬ ਸਰਕਾਰ ਨੇ ਸਾਫ਼ ਕਰ ਦਿੱਤਾ ਪਿੱਛੇ ਜੇ। ਹੁਣ ਵਿਨੀ ਮਹਾਜਨ ਨੇ ਇਹ ਫੈਸਲਾ ਕੀਤਾ ਸੀ, ਇਹ ਐਲਾਨ ਕੀਤਾ ਸੀ ਪੰਜਾਬ ਦੀ ਮੁੱਖ ਸਕੱਤਰ ਨੇ ਕਿ ਤੁਹਾਨੂੰ ਕਿਸੇ ਵੀ ਪਰਚੀ ਦੀ ਲੋੜ ਨਹੀਂ ਹੈ, ਡਾਕਟਰੀ ਪਰਚੀ ਦੀ ਲੋੜ ਨਹੀਂ ਹੈ। ਹੁਣ ਸਿਰਫ ਅਤੇ ਸਿਰਫ ਤੁਸੀਂ ਆਧਾਰ ਕਾਰਡ ਅਤੇ ਮੋਬਾਈਲ ਨੰਬਰ ਦੇ ਕੇ ਆਪਣਾ ਟੈਸਟ ਕਰਵਾ ਸਕਦੇ ਹੋ, ਤੁਹਾਨੂੰ ਡਾਕਟਰ ਦੀ ਪਰਚੀ ਦੀ ਲੋੜ ਨਹੀਂ ਹੈ। ਅਤੇ ਉਹ ਜਿਹੜਾ ਨਿੱਜੀ ਹਸਪਤਾਲ ਹੈ, ਇਸ ਫੈਸਲੇ ਤੋਂ ਬਾਅਦ ਦੀ ਗੱਲ ਹੈ, ਉਹਨਾਂ ਨੇ ਡਾਕਟਰ ਕੋਲ ਭੇਜਿਆ। ਡਾਕਟਰ ਨੇ 1100 ਰੁਪਏ ਫੀਸ ਲਈ ਸਿਰਫ ਪਰਚੀ ਦੇ ਉੱਤੇ ਲਿਖਿਆ COVID-19 ਆਰ ਟੀ ਪੀ ਸੀ ਆਰ ਟੈਸਟ, ਕਿ ਆ ਇਹਦਾ ਕਰ ਦਿਉ, ਉਹਦੇ ਲਈ 1100 ਰੁਪਈਏ। ਉਸ ਤੋਂ ਬਾਅਦ ਜਦੋਂ ਕਾਊਂਟਰ 'ਤੇ ਜਾਂਦੇ ਨੇ ਫੀਸ ਜਮ੍ਹਾਂ ਕਰਾਉਣ ਕੇ ਅਸੀਂ ਟੈਸਟ ਕਰਾਉਣਾ, ਉੱਥੇ ਮੰਗੇ ਜਾਂਦੇ ਨੇ 3700 ਰੁਪਈਏ। ਫਿਰ ਉਹਨਾਂ ਨੇ, ਉਹ ਜਾਗਰੂਕ ਸੀਗੇ, ਉਹਨਾਂ ਨੂੰ ਇਸ ਗੱਲ ਦਾ ਪਤਾ ਸੀ ਤਾਂ ਉਹਨਾਂ ਨੇ ਗੱਲ ਕੀਤੀ। ਫਿਰ ਉਹ ਕਹਿੰਦੇ ਕਿ ਇਹ ਜਿਹੜੇ ਸਰਕਾਰ ਨੇ ਤਾਂ 2400 ਰੁਪਏ ਰੇਟ ਨਿਰਧਾਰਿਤ ਕੀਤੇ ਨੇ, ਅਤੇ ਫਿਰ ਉਹ ਮੰਨ ਗਏ ਫਟਾਫਟ, ਅਤੇ ਉਹਨਾਂ ਨੇ 2400 ਰੁਪਏ ਲੈ ਲਏ। ਸੋ ਜਿਨ੍ਹਾਂ ਨੂੰ ਜਾਣਕਾਰੀ ਨਹੀਂ ਹੈਗੀ, ਜਿਹੜੇ ਅਵੇਅਰ ਨਹੀਂ ਹੈਗੇ ਸਰਕਾਰ ਦੇ ਇਹਨਾਂ ਹੁਕਮਾਂ ਤੋਂ, ਉਹਨਾਂ ਵਾਸਤੇ ਅਸੀਂ ਇਹ ਖਾਸ ਰਿਪੋਰਟ ਤਾਂ ਹੀ ਕੱਢੀ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤਾਂ ਹੁਣ ਹਰ ਕਿਸੇ ਨਾਗਰਿਕ ਦੀ COVID-19 ਦੀ ਜਿਹੜੀ ਟੈਸਟ ਕਰਵਾਉਣਾ ਜ਼ਰੂਰੀ ਕਰ ਦਿੱਤਾ ਹੈ ਕੈਪਟਨ ਸਰਕਾਰ ਨੇ। ਸੋ ਜੇ ਤੁਸੀਂ ਜਾਂਦੇ ਹੋ, ਤੁਹਾਨੂੰ ਪਤਾ ਹੋਣਾ ਚਾਹੀਦਾ, ਆਰ ਟੀ ਪੀ ਸੀ ਆਰ ਦੀ ਫੀਸ 2400 ਰੁਪਏ ਤੋਂ ਵੱਧ ਨਹੀਂ ਲੈ ਸਕਦੇ, ਅਤੇ ਜਿਹੜਾ ਹੈਗਾ ਰੈਪਿਡ ਐਂਟੀਜਨ ਟੈਸਟ ਉਸਦੀ 700 ਤੋਂ ਵੱਧ ਨਹੀਂ ਲੈ ਸਕਦੇ, ਅਤੇ ਹੁਣ ਤਾਂ ਪੰਜਾਬ ਦਾ ਸਿਹਤ ਵਿਭਾਗ ਮੁਫਤ ਕਿੱਟਾਂ ਭੇਜ ਰਿਹਾ ਤਾਂ ਉਹ 250 ਤੋਂ ਵੱਧ ਨਹੀਂ ਲੈ ਸਕਦੇ। ਅਤੇ ਪੰਜਾਬ ਸਰਕਾਰ ਦੇ ਜਿਹੜੇ ਹੈਗੇ ਨੇ 600 ਟੈਸਟਿੰਗ ਸੈਂਟਰ ਨੇ ਸਰਕਾਰੀ ਹਸਪਤਾਲਾਂ ਦੇ ਸਮੇਤ, ਕੁੱਲ 600, ਉੱਥੇ ਸਾਰੀ ਜਿਹੜਾ ਤੁਹਾਡਾ ਟੈਸਟ ਹੈ ਉਹ ਮੁਫਤ ਕੀਤਾ ਜਾ ਰਿਹਾ ਹੈ, ਮੁਫਤ ਹੈ, ਉੱਥੇ ਤੁਸੀਂ ਕੋਈ ਵੀ 1 ਰੁਪਈਆ ਨਹੀਂ ਦੇਣਾ। ਇਹ ਪੰਜਾਬ ਸਰਕਾਰ ਨੇ ਸਹੂਲਤ ਦਿੱਤੀ ਹੈ। ਅਤੇ ਜਿਹੜੀਆਂ ਲੈਬਸ ਨੇ ਉਹ 45 ਨੇ, ਜਿਹੜੀਆਂ ICMR ਵੱਲੋਂ ਮਨਜ਼ੂਰਸ਼ੁਦਾ ਲੈਬਸ ਨੇ ਪੰਜਾਬ ਦੇ ਵਿੱਚ 45, ਜਿੱਥੇ ਜਿੱਥੇ ਟੈਸਟ ਹੋ ਸਕਦੇ ਨੇ। ਸੋ ਤੁਸੀਂ ਸਾਰਿਆਂ ਨੇ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਿ ਜਿਹੜੀ ਪੰਜਾਬ ਸਰਕਾਰ ਨੇ ਰੇਟ ਨਿਰਧਾਰਿਤ ਕੀਤੇ ਨੇ ਉਹੀ ਤੁਸੀਂ ਦਿਓ, ਅਤੇ ਉਹੀ ਤੁਹਾਡੇ ਤੋਂ ਲਏ ਜਾਣ, ਤੁਹਾਨੂੰ ਕੋਈ ਲੁੱਟ ਨਾ ਸਕੇ। ਧੰਨਵਾਦ।